ਬਲੈਸਮਿਥ ਵਰਕਸ਼ਾਪ ਵਿੱਚ ਜਦੋਂ ਕਿਸੇ ਪਾਰਟ ਜਾਂ ਜੋਬ ਦੀ ਲਾਰਜ ਸਕੇਲ ਵਿੱਚ ਉਤਪਾਦਨ ਜਾਂ ਪ੍ਰੋਡਕਸ਼ਨ ਕਰਨਾ ਹੋਵੇ ਪ੍ਰੋਡਕਸ਼ਨ ਕਰਨੀ ਹੋਵੇ ਤਾਂ ਸਟੀਮ ਪਾਵਰ ਹੈਮਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਟੀਮ ਪਾਵਰ ਹੈਮਰ ਨੂੰ ਸਟੀਮ ਦੀ ਸਹਾਇਤਾ ਤੋਂ ਚਲਾਇਆ ਜਾਂਦਾ ਹੈ। ਸਟੀਮ ਬੋਇਲਰ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਹੈਮਰ ਨੂੰ ਕੰਪਰੈਸਡ ਏਅਰ ਦੁਆਰਾ ਵੀ ਚਲਾਇਆ ਜਾ ਸਕਦਾ ਹੈ। ਇਸ ਹੈਮਰ ਦੀ ਰੈਮ ਨੂੰ ਪਿਸਟਨ ਅਤੇ ਸਿਲੰਡਰ ਦੀ ਸਹਾਇਤਾ ਤੋਂ ਚਲਾਇਆ ਜਾਂਦਾ ਹੈ। ਤੁਸੀਂ ਇੱਕ ਡਾਇਗ੍ਰਾਮ ਵਿੱਚ ਇਸ ਹੈਮਰ ਨੂੰ ਦੇਖ ਸਕਦੇ ਹੋ। ਆਹ ਸਾਡੇ ਕੋਲ ਇੱਕ ਡਾਇਗ੍ਰਾਮ ਹੈ, ਇਸ ਵਿੱਚ ਤੁਸੀਂ ਇਸ ਹੈਮਰ ਨੂੰ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਇਸ ਹੈਮਰ ਦਾ ਬੇਸ ਹੁੰਦਾ ਹੈ। ਬੇਸ ਦੇ ਉੱਤੇ ਐਨਵਿਲ ਨੂੰ ਫਿੱਟ ਕੀਤਾ ਹੁੰਦਾ ਹੈ। ਉਸ ਦੇ ਉੱਤੇ ਐਨਵਿਲ ਡਾਈ ਲੱਗੀ ਹੁੰਦੀ ਹੈ। ਉਸ ਦੇ ਉੱਤੇ ਦੂਸਰੀ ਡਾਈ ਲੱਗੀ ਹੁੰਦੀ ਹੈ, ਰੈਮ ਡਾਈ ਲੱਗੀ ਹੁੰਦੀ ਹੈ। ਉਸ ਦੇ ਉੱਪਰ ਪਿਸਟਨ ਨੂੰ ਫਿੱਟ ਕੀਤਾ ਹੁੰਦਾ ਹੈ ਜੋ ਇੱਕ ਸਿਲੰਡਰ ਵਿੱਚ ਹੁੰਦਾ ਹੈ। ਇਸ ਤੋਂ ਜਿਹੜੀ ਸਟੀਮ ਏਅਰ ਹੈ ਉਹ ਮਸ਼ੀਨ ਵਿੱਚ ਇੰਟਰ ਹੁੰਦੀ ਹੈ। ਜਦੋਂ ਮਸ਼ੀਨ ਵਿੱਚ ਸਟੀਮ ਏਅਰ ਇੰਟਰ ਹੁੰਦੀ ਹੈ ਤਾਂ ਸਾਡਾ ਪਿਸਟਨ ਅਪ ਡਾਊਨ ਹੁੰਦਾ ਹੈ ਅਤੇ ਸਾਡੀ ਰੈਮ ਡਾਈ ਉੱਪਰ ਥੱਲੇ ਹੁੰਦੀ ਹੈ ਅਤੇ ਐਲਬਲ ਅਤੇ ਡਾਈ ਦੇ ਵਿਚਕਾਰ ਰੱਖਿਆ ਹੋਇਆ ਪਾਰਟ ਜਿਹੜਾ ਸਾਡਾ ਤਿਆਰ ਹੋ ਜਾਂਦਾ ਹੈ। ਆਹ ਤੁਸੀਂ ਇਸ ਚਿੱਤਰ ਵਿੱਚ ਵੀ ਦੇਖ ਸਕਦੇ ਹੋ। ਆਹ ਸਾਡੇ ਕੋਲ ਸਟੀਮ ਪਾਵਰ ਹੈਮਰ ਹੈ, ਇਸ ਨੂੰ ਕੰਟਰੋਲ ਲੀਵਰ ਨਾਲ ਚਲਾਇਆ ਜਾਂਦਾ ਹੈ। ਇਹ ਇਸ ਦਾ ਸਿਲੰਡਰ ਹੈ, ਆਹ ਰੈਮ ਹੈ, ਆਹ ਟੱਪ ਹੈ, ਆਹ ਡਾਈ ਹੈ, ਆਹ ਐਨਵਲ ਹੈ, ਆਹ ਟ੍ਰੈਡਲ ਹੈ, ਇਸ ਟ੍ਰੈਡਲ ਹੈ। ਇਸ ਰਾਹੀਂ ਵੀ ਪੈਰ ਰਾਹੀਂ ਇਸ ਮਸ਼ੀਨ ਨੂੰ ਚਲਾਇਆ ਜਾ ਸਕਦਾ ਹੈ। ਗਰਮ ਹੋਲਡ ਫੀਸ ਨੂੰ ਡਾਈ ਅਤੇ ਐਨਵਲ ਦੇ ਵਿਚਕਾਰ ਰੱਖਿਆ ਜਾਂਦਾ ਹੈ ਅਤੇ ਕੰਟਰੋਲ ਲੀਵਰ ਨਾਲ ਮਸ਼ੀਨ ਨੂੰ ਚਲਾ ਕੇ ਸਟਰੋਕ ਲਗਾ ਕੇ ਇਸ ਜੋਬ ਨੂੰ ਤਿਆਰ ਕੀਤਾ ਜਾਂਦਾ ਹੈ। ਸਟੀਮ ਪਾਵਰ ਹੈਮਰ ਨਾਲ ਜੋਬ ਉੱਤੇ ਵੱਡੀਆਂ ਵੱਡੀਆਂ ਚੋਟਾਂ ਲਗਾਈਆਂ ਜਾ ਸਕਦੀਆਂ ਹਨ ਅਤੇ ਉਹਨਾਂ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਇਸ ਲੀਵਰ ਰਾਹੀਂ ਉਹਨਾਂ ਚੋਟਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਵੱਡੇ ਆਕਾਰ ਅਤੇ ਮੀਡੀਅਮ ਆਕਾਰ ਦੀ ਜੋਬਾਂ ਦਾ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਇਹ ਹੈਮਰ 0.5 ਕਿਲੋਗ੍ਰਾਮ ਤੋਂ 5 ਟਨ ਤੱਕ ਹੋ ਸਕਦਾ ਹੈ।